不乐意。今天不给你过的，今天不是麻辣的，你在我。ਪੰਜਾਬ 'ਚ ਨਸ਼ੇ ਦਾ ਦੈਂਤ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਨਸ਼ੇ ਨੇ ਖੋਰੇ ਕਿੰਨੀਆਂ ਮਾਵਾਂ ਦੇ ਪੁੱਤ ਤਬਾਹ ਕਰ ਦਿੱਤੇ। ਤਾਜ਼ਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ, ਜਿੱਥੇ ਜਫਾਨ ਪੁੱਤੀ ਨਸ਼ੇ ਦੀ ਓਵਰਡੋਸ ਦੇ ਜਿਹੜੀ ਜਾਨ ਲੈ ਲਈ। ਤਿੰਨ ਭੈਣ ਭਰਾਵਾਂ ਦੇ ਵਿੱਚ ਸਭ ਤੋਂ ਵੱਡਾ ਸੀ ਬਘੇਲ ਸਿੰਘ, ਜਿਸਦੀ ਓਵਰਡੋਸ ਦੇ ਨਾਲ ਮੌਤ ਹੋ ਚੁੱਕੀ ਹੈ। ਸੋ ਤਸਵੀਰਾਂ ਤੁਸੀਂ ਪਰਿਵਾਰ ਦੀਆਂ ਦੇਖ ਸਕਦੇ ਹੋ। ਪ੍ਰਸ਼ਾਸਨ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਨੇ, ਪਰਿਵਾਰ ਰੋਂਦਾ ਕੁਰਲਾਉਂਦਾ ਨਜ਼ਰ ਆ ਰਿਹਾ। ਲੁਧਿਆਣਾ ਦੇ ਬੱਸ ਸਟੈਂਡ ਨੇੜੇ ਮਨਜੀਤ ਨਗਰ ਇਲਾਕੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਨਸ਼ੇ ਦੀ ਓਵਰਡੋਸ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਾ ਬਘੇਲ ਸਿੰਘ ਤਿੰਨ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਸੀ, ਕੁਵਾਰਾ ਸੀ। ਬੇਟੇ ਦੀ ਮੌਤ ਤੋਂ ਬਾਅਦ ਮਾਂ ਤੇ ਭੈਣ ਦਾ ਰੋ ਰੋ ਬੁਰਾ ਹਾਲ ਹੈ। ਮੁਹੱਲੇ ਵਾਲੇ ਵਾਰ ਵਾਰ ਉਹਨੂੰ ਚੁੱਪ ਕਰਵਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ। ਮੁਹੱਲੇ ਵਾਸੀਆਂ ਦਾ ਆਰੋਪ ਹੈ ਕਿ ਇਲਾਕੇ ਦੇ ਵਿੱਚ ਨਸ਼ਾ ਧੜੱਲੇ ਦੇ ਨਾਲ ਵਿਕ ਰਿਹਾ ਹੈ, ਪਰ ਪ੍ਰਸ਼ਾਸਨ ਦੇ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਸੋ ਇਸੇ ਦੀ ਨਸ਼ੇ ਦੀ ਚਪੇਟ ਦੇ ਵਿੱਚ ਇੱਕ ਹੋਰ ਉਹਨਾਂ ਦਾ ਨੌਜਵਾਨ ਤਬਾਹ ਹੋ ਗਿਆ, ਮੌਤ ਹੋ ਚੁੱਕੀ ਹੈ। ਸੋ ਪਰਿਵਾਰ ਦੇ ਹਾਲਾਤ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਜ ਇਹ ਰੋਂਦੇ ਕੁਰਲਾਉਂਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ਾਸਨ ਦੇ ਉੱਤੇ ਆਪਣੀ ਪੜਾਸ ਲੋਕਾਂ ਦੇ ਵੱਲੋਂ ਕੱਢੀ ਜਾ ਰਹੀ ਹੈ। ਉੱਥੇ ਪੁਲਿਸ ਦੇ ਅਧਿਕਾਰੀ ਵੀ ਮੌਕੇ 'ਤੇ ਹਾਲਾਂਕਿ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋ ਤਸਵੀਰਾਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਕੀ ਇਸ ਵਕਤ ਮਾਪਿਆਂ ਦੇ ਉੱਤੇ ਬੀਤ ਰਹੀ ਹੈ, ਜਿਨ੍ਹਾਂ ਦਾ ਪੁੱਤ ਪਰੀ ਜਵਾਨੀ ਦੇ ਵਿੱਚ ਉਹਨਾਂ ਨੂੰ ਸਦਾ ਦੇ ਲਈ ਵਿਛੋੜਾ ਦੇ ਗਿਆ। ਕਾਰਨ ਨਸ਼ਾ ਇੱਕ ਵਾਰ ਫਿਰ ਇਸ ਘਰ ਦੇ ਲਈ ਬਣਦਾ ਹੈ। ਨਸ਼ੇ ਦੇ ਕਾਰਨ ਹੀ ਉਹਨਾਂ ਦੇ ਪੁੱਤੀ ਮੌਤ ਹੋ ਚੁੱਕੀ ਹੈ। ਇੱਕ ਵਾਰ ਤਸਵੀਰਾਂ ਦਾ ਰੁੱਖ ਕਰਦੇ ਹੈ ਕਿ ਕਿੰਜ ਪਰਿਵਾਰ ਜਿਹੜਾ ਪ੍ਰਸ਼ਾਸਨ ਨੂੰ ਕੋਸਦਾ ਹੋਇਆ ਨਜ਼ਰ ਆ ਰਿਹਾ ਹੈ। ਮੈਂ ਮਨਜੀਤ ਨਗਰ ਚ ਰਹਿੰਦੀ ਹਾਂ ਜੀ, ਠੀਕ ਹੈ ਨਾ। ਅੱਜ ਤੋਂ ਸਾਲ 6 ਮਹੀਨੇ ਪਹਿਲਾਂ ਵੀ ਮੁੱਦਾ ਖਿੱਚਿਆ ਸੀ ਇਹ ਵਾਲਾ ਝੁੱਟੇ ਦਾ, ਪਰ ਇਸ ਮਨਜੀਤ ਨਗਰ ਦੇ ਵਿੱਚ ਕਿਸੇ ਨੇ ਸਾਰ ਨਹੀਂ ਲਈ। ਕਿਸੇ ਨੇ ਇਸ ਮਨਜੀਤ ਨਗਰ ਵਿੱਚ 50 ਮੁੰਡਾ ਨਸ਼ਿਆਂ ਦੇ ਨਾਲ ਚਿੱਟੇ ਨਾਲ ਪੀ ਕੇ ਮਰ ਚੁੱਕਿਆ। ਮੈਂ ਕਹਾਂ ਜੀ ਪੰਜਾਬ ਪੁਲਿਸ ਨੂੰ, ਰਾਤੀ ਮੈਂ ਗਈ ਤੇ ਵੀ ਰਾਤੀ ਬਾਈ ਚਾਂਸ ਕੋਈ ਲੜਾਈ ਨਾ ਹੋ ਜੇ। ਅਫਸਰ ਨੇ ਫੋਨ ਕੀਤਾ ਜੀ ਆ ਰਹੇ ਆ 10 ਮਿੰਟ 'ਚ, ਕੋਈ ਨਹੀਂ ਆਇਆ ਉੱਥੇ। 25 ਸਾਲ ਜੀ, ਟੀਕੇ ਲਾਉਂਦੇ ਨੇ ਤੇ ਛੁੱਟਾ ਪੀਂਦੇ। ਭੋਰਾ ਵੈਲਿਊ ਪੰਜਾਬ ਸਰਕਾਰ ਦੀ ਪੁਲਿਸ ਦੀ ਵੀ ਨਹੀਂ ਰਹੀ, ਨਾ ਪਬਲਿਕ ਦੀ ਵੈਲਿਊ। ਸ਼ਰੇਆਮ ਤਾਂ ਮਾਰ ਜਾਂਦੇ ਨੇ ਘਰਾਂ 'ਚ ਆਣ ਕੇ, ਜਿਹੜੇ ਜਿਹਨਾਂ ਦਾ ਸੋਹਣੇ ਵਰਗੇ ਨੇ ਪੁੱਤ, ਉਸ ਮਾਂ ਦਾ ਕੀ ਹਾਲ ਹੋ ਰਿਹਾ। ਤਾਂ ਕਹਿੰਦੇ ਇੱਥੇ ਧੜੱਲੇ ਨਾ ਜਿਹੜਾ ਮਤਲਬ ਨਸ਼ਾ ਵਿਕਦਾ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰੀ, ਕਿੱਥੇ ਕੀ ਕਹਿਣਾ ਚਾਹੁੰਗੇ? ਨਹੀਂ ਦੇਖੋ, ਕਾਰਵਾਈ ਸਮੇਂ ਸਮੇਂ 'ਤੇ ਹੁੰਦੀ ਹੈ, FIR ਦਰਜ ਹੁੰਦੀਆਂ ਨੇ, ਠੀਕ ਹੈ ਜੀ, NDPS ਦੇ ਵਿੱਚ। ਹੁਣ ਇਹਨਾਂ ਨਾਲ ਆਪਾਂ ਗੱਲ ਕਰ ਰਹੇ ਪਰਿਵਾਰ ਵਾਲਿਆਂ ਨਾਲ, ਜੋ ਹੋਏਗਾ ਔਨ ਮੈਰਿਟ ਕਰ ਰਹੇ ਹਾਂ।